ਸਾਰੀਆਂ ਕਰੋਟੀਆਂ ਪਾ ਗਏ ਨੇ ਮੈਂ ਤਾਂ ਬੜੀ ਭੁੱਖ ਲੱਗੀ ਖਲੋਤੀ ਏ ਆ 6-7 ਰੋਟੀਆਂ ਹੋ ਗਈਆਂ ਅੱਛਾ ਜਰਾ ਵੀ ਜਲਦੀ ਪਕਾ ਲਾ ਬਸ ਪੱਕੀਆਂ ਖਾਲੀਆਂ ਮੈਂ ਲੈਂਦੀ ਪਈਆਂ ਅੱਜ ਤੈਨੂੰ ਕੁਝ ਜ਼ਿਆਦਾ ਹੀ ਭੁੱਖ ਲੱਗ ਗਈ ਏ ਸਵੇਰ ਕੁਛ ਖਾਧੀ ਨਹੀਂ ਹੈਗੀ ਰੋਟੀਆਂ ਪਕਾ ਕੇ ਲਾ ਲਈਆਂ ਪੱਕੀਆਂ ਇਹ ਅੱਜ ਕੱਚੀਆਂ ਹੀ ਖਾ ਸੀ ਭੁੱਖ ਲੱਗੀ ਖਲੋਤੀ ਅੰਮਾ ਤੰਦੂਰ ਤੇ ਖਲੋਤੀ ਚੱਲ ਲੱਕੜੀਆਂ ਲੈ ਕੇ ਲੱਕੜੀ ਬਾਲੀਆਂ ਨੀ ਇੰਨਾ ਸਾਰਾ ਤਾ ਹੈਗਾ ਤੇ ਤੁਸੀਂ ਆਪ ਇੱਥੋਂ ਦੋ ਚਾਰ ਲੱਕੜੀ ਚੁੱਕ ਲਈਆਂ ਕਿਤੇ ਅਗਰ ਤੁਹਾਡੇ ਕਟੁੰਡੇ ਖਾਣ ਲੱਗਿਆ ਤਾਂ ਖਾ ਕੇ ਰੱਜ ਕੇ ਨਹੀਂ ਥੱਕ ਕੇ ਬਸ ਕਰਨੀ ਹੈ ਤੂੰ ਗੱਲਾਂ ਗੱਲਾਂ ਐਣ ਜਿਹੜੀ ਮੂੰਹ ਮਰਿੰਦਾ ਵਾਂਦਾ ਉਹਨੇ ਹਰ ਪਾਸੇ ਤੂੰ ਹੋਰ ਤੇਰੇ ਕੋਲ ਕੰਮ ਕੋਈ ਨਹੀਂ ਹੋਇਆ ਜਾਂਦਾ ਅਰੇ ਟੱਪੇ ਤਾਂ ਕੱਚੀਆਂ ਮਨ ਵਿੱਚ ਖਲੋਤੇ ਹੋਈ ਨਹੀਂ ਇਹ ਤੂੰ ਖਾਵਣੇ ਹੀ ਤੇ ਨਾ ਇੱਥੇ ਘੰਟਾ ਲਾਵਾ ਇਹ ਤਾਂ ਖਲੋਤੀਆਂ ਰਹੀਆਂ ਨੇ ਗੱਪੜ 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 ਲੱਗੀਆਂ ਰਹੀਆਂ ਨੇ ਵੀ ਚਲੋ ਠੀਕ ਹੈ ਜਲਦੀ ਨਾਲ ਬੰਦਾ ਰੋਟੀ ਲਾ ਲੈਂਦਾ ਗੱਪੜ ਗੱਪੜ ਨਹੀਂ ਲਾਈ ਖਲੋਤੀਆਂ ਆਏ ਸੰਤਰਾ ਘੰਟੇ ਹੋ ਗਏ ਤੰਦੂਰ ਤੇ ਖਲੋਤੀਆਂ ਨੇ ਵਿੱਚ ਅੱਗ ਹੈ ਕੋਈਆਂ ਵੇਖੇ ਨੇ ਕੱਚੇ ਮਨ ਉਹਵੇਂ ਖੜੇ ਇਹ ਹੁਣ ਕੱਚੀ ਰੋਟੀ ਤੁਸੀਂ ਅਕਸੋ ਮੈਂ ਖਾਵਾਂ ਮੈਂ ਖਾ ਕੇ ਡੇਢ ਵਿੱਚ ਟੁੱਟੀ ਪੀੜ ਪਵਾਉਣੀ ਹੈ ਮੈਂ ਤਾਂ ਤਾਜ਼ੀ ਰੋਟੀ ਖਾ ਰੋਟੀ ਮੈਂ ਆਪਣੇ ਲਾ ਪਿਆ ਹੋਰ ਪੈਰ ਲਾਵਾਂ ਰੋਟੀ ਕੀ ਲਾਵਣਾ ਸ਼ਰਮ ਤਾਂ ਨਹੀਂ ਆਉਂਦੀ ਹੈ ਸ਼ਰਮ ਤਾਂ ਨਹੀਂ ਆਉਂਦੀ ਰੋਟੀ ਖਾਵਣ ਬਾਕੀ ਬਾਜੇ ਹੁਣ ਚਲਾਕ ਬਣ ਕੇ ਤਾਂ ਲੱਕੜਾ ਲੈ ਕੇ ਆਉਂਦਾ ਨਹੀਂ ਹੈ ਤੂੰ ਆ ਗਣੀਆਂ ਗੱਲਾਂ ਨਾ ਕੀਤੀਆਂ ਕਰ ਕੋਈ ਸ਼ਰਮ ਕੀਤਾ ਕਰ ਮੈਂ ਤੇਰਾ ਮਜਾਜੀ ਖੁਦਾ ਹਾਂ ਮੈਂ ਤੇਰਾ ਖਾਵਾਂਦਾ ਕੋਈ ਅਕਲ ਕੀਤਾ ਕਰ ਅੱਗੋਂ ਬਦਤਮੀਜ਼ੀ ਕਰਨੀ ਹੈ ਛੋਟ ਕੇ ਪਾਇਆ ਜਾਂਦੀ ਹੈ ਮੈਨੂੰ ਖਾਵਣ ਦੇ ਵੀ ਕੋਈ ਅਸੂਲ ਹੁੰਦੇ ਨੇ ਜਿਹੜੇ ਤੇਰੇ 'ਚ ਨਹੀਂ ਹੈਗੇ ਅਸੀਂ ਨੇ ਸਾਈਂ ਕਰਦੇ ਹੁੰਦੇ ਜਿਵੇਂ ਤੂੰ ਕਰਨਾ ਨਾ ਕੰਮ ਕਰਨਾ ਨਾ ਕਾਰ ਕਰਨਾ ਰੋਟੀ ਵਾਰੀ ਬਾਜੇ ਹਮਨੇ ਹੈਗਾ ਤਾਂ ਆ ਤੇਰੀ ਟਕਰ ਟਕਰ ਦੱਸਦੀ ਪਈ ਹੈ ਕਿ ਵੀ ਤੁਸੀਂ ਅੱਜ ਮੈਨੂੰ ਕੱਚੀ ਰੋਟੀ ਖਵਾਸ ਹੋ ਮੈਂ ਵੀ ਕੱਚੀ ਰੋਟੀ ਨਹੀਂ ਖਾਣੀ ਮੈਂ ਪੱਕੀ ਹੋਈ ਰੋਟੀ ਖਾਣੀ ਜਿਹੜੀ ਆਹ ਪਈ ਹੋਈ ਹੈ ਜੇ ਅਗਰ ਤੁਸੀਂ ਮੈਨੂੰ ਇਹ ਨਾ ਰੋਟੀ ਦਿੱਤੀ ਤੇ ਮੈਂ ਉੱਥੋਂ ਜਾ ਕੇ ਸਪਰੇ ਪੀ ਰਹੀ ਸਾਂ ਹਮੇਸ਼ਾ ਵਾਸਤੇ ਤੁਹਾਡੀ ਚੁੱਣ ਛੁੱਟ ਜਾਸੀ ਮੇਰੇ ਕੋਲੋਂ ਸ਼ਾਬਾਸ਼ ਅੱਜ ਸਪਰੇ ਵੀ ਬਣਾ ਤਾਂ ਕੰਮ ਕਰ ਹੈ ਤੁਹਾਡੇ ਪਿਓ ਦਾ ਤਾਂ ਤੂੰ ਸਪਰੇ ਪੀ ਕੇ ਖਲੋਵਣੀ ਹੈ ਸੁਖਰੇ ਪੁੱਤ ਇਹ ਗੱਲ ਨਾ ਕਰ ਜੇ ਕੰਜਰ ਸੱਚੀ ਨਾ ਪੀ ਲਵੇ ਮੈਂ ਸੱਚੀ ਪੀਵਣੀ ਹੈ ਮੈਂ ਐਵੇਂ ਡਰਾਵੇ ਸ਼ਰਾਬੇ ਕੋਈ ਨਹੀਂ ਦਿੰਦਾ ਪਿਆ ਐਵੇਂ ਗੱਲਾਂ ਕਰਦੀ ਹੈ ਮੂੰਹ ਨਾਲ ਮੈਂ ਦਾ ਮੂੰਹ ਬੰਦ ਛੱਡਾਂ ਦਿਲ ਕਰਦਾ ਪਿਆ ਐਵੇਂ ਤਾਂ ਮੂੰਹ ਬੰਦ ਛੱਡ ਸੇ ਜਾ ਦੀ ਸਪਰੇ ਜਾ ਕੇ ਪੀ ਘਣੇ ਦਿਨਾਂ ਦੇ ਤੁਹਾਨੂੰ ਦਾ ਬਣਾ ਮੈਂ ਸਪਰੇ ਪੀ ਲਈ ਸਾਂ ਮੈਂ ਸਪਰੇ ਪੀ ਲਈ ਸਾਂ ਪੀ ਕੇ ਖਾਂਦਾ ਤਾਂ ਨਹੀਂ ਹੈ ਫਿਰ ਅੰਮਾ ਓਏ ਮੈਨੂੰ ਮਿਲ ਲਾ ਆਈ ਤੇਰਾ ਪੁੱਤਰ ਤੇਰੀ ਐ ਨਾਖਾ ਦੇ ਅੱਗੂ ਆਖਰੀ ਵਾਰੀ ਤੇਰੇ ਸਾਹਮਣੇ ਖੜੋਤਾ ਹੀ ਤੇ ਗੱਲਾਂ ਕਰਦਾ ਪਈ ਅੱਜ ਰੱਜ ਕੇ ਵੇਖ ਲਾ ਤੇ ਮੈਨੂੰ ਮਿਲ ਵੀ ਲਾ ਮੈਂ ਤਾਂ ਮਿਲਿਆ ਹੋਇਆ ਤੂੰ ਮਿਲਿਆ ਹੋਇਆ ਤੇ ਤੂੰ ਮਿਲ ਲਾ ਪਰ ਤੈਨੂੰ ਤਾਂ ਮਿਲਣਾ ਹੀ ਨਹੀਂ ਤੇਰੇ 'ਚ ਬੋਹ ਆਉਂਦੀ ਮੇਰੇ 'ਚ ਬੋਹ ਆਉਂਦੀ ਤੇ ਤੇਰੇ 'ਚ ਬੜੀ ਤਰ੍ਹਾਂ ਦੇ ਹੁੱਲੇ ਆਉਂਦੇ ਵਦੇ ਨੇ ਜਾ ਸਪਰੇ ਪੀਆ ਦੀ ਅੰਮਾ ਮੋੜ ਪੀ ਲਵਾਂ ਸਪਰੇ ਜਾ ਲੱਭਦੀ ਆਈ ਤਾਂ ਪੀ ਲਾ ਲੱਭਣ ਨੂੰ ਮੈਂ ਲੱਭ ਲਈ ਸਾਂ ਲੇਕਿਨ ਬਸ ਤੇਰੇ ਕੋਲ ਇਜਾਜ਼ਤ ਦੀ ਲੋੜ ਕਿ ਮਰ ਜਾਵਣ ਤੋਂ ਬਾਅਦ ਮੈਨੂੰ ਬੱਤੀ ਧਾਰਾ ਮਸ਼ਕ ਛੱਡੀ ਮੈਂ ਜਾਂਦਾ ਪਿਆ ਮੈਂ ਤਾਂ ਤੈਨੂੰ ਕੋਈ ਨਹੀਂ ਬਸ਼ਕੂੰ ਜਿਉ ਜਿਉ ਤੇਰੇ ਕਰਤੂਤਾਂ ਹੈ ਨਾ ਮੈਂ ਤਾਂ ਜੰਮਦੇ ਨੂੰ ਬਸ਼ਕ ਦਿੱਤੀਆਂ ਮੋੜ ਤਾਂ ਬਸ਼ਕੇ ਬਸ਼ਕਾਇਆ ਜੇ ਤੋਏ ਬੱਤੀ ਧਾਰਾ ਮਸ਼ਕ ਛੱਡੀਆਂ ਚਲੋ ਮੋੜ ਬੋਲਾ ਬੁਲਾਰਾ ਵੀ ਕੋਈ ਹੈ ਤੇ ਉਹ ਵੀ ਮਾਫ਼ ਕਰ ਦੇਵੀ ਕੋਈ 100 ਵਾਦਾ ਘਾਟਾ 100 ਤੇਰੇ ਕੱਪੜੇ ਨਾਲ ਇੱਥੇ ਪੱਲੂ ਨਾਲ ਮੈਂ 500 ਰੁਪਈਆ ਖੋਲ ਕੇ ਤੇ ਖਰਚ ਕਰ ਛੱਡਿਆ ਖੁਸਰਿਆ ਤੂੰ ਉਡਾ ਛੱਡਿਆ ਜਾ ਵੀ ਮਾਫ ਕੀਤਾ ਗਾ ਮਿੰਟ ਮਾਰਕ ਸਪਰੇ ਪੀ ਤੈਨੂੰ ਕਿਹੜੀ ਕਾਲ ਰੰਡਣ ਹੋਵਣ ਦੀ ਤੇਰੀ ਦਿਲ ਤਾਈ ਆਈ ਹੈ ਕਿ ਮੈਂ ਜਲਦੀ ਜਲਦੀ ਰੰਡਣ ਹੋ ਜਾਵਾਂ ਵਾਸ਼ਿੰਗ ਮਸ਼ੀਨਾਂ ਡੀਵਣ ਮੈਨੂੰ ਸਿਲਾਈ ਮਸ਼ੀਨਾਂ ਡੀਵਣ ਪਰ ਇੱਕ ਗੱਲ ਮੈਂ ਤੈਨੂੰ ਦੱਸ ਦੇਵਾਂ ਮੇਰੇ ਮਰਨ ਤੋਂ ਪਿੱਛੇ ਹਰ ਸ਼ਾ ਤੈਨੂੰ ਡੀ ਵੀ ਜਾਵੇ ਪਰ ਤੈਨੂੰ ਜ਼ਿੰਦਗੀ ਦੀ ਚਾਸ ਕੋਈ ਨਹੀਂ ਆਵਣੀ ਹੈ ਜਾ ਜਾ ਬੜੀ ਚਾਸ ਦਿੱਤੀ ਕਲਾ ਜ਼ਿੰਦਗੀ ਦੀ ਮੈਨੂੰ ਕਿਸੇ ਸ਼ਾਹ ਦੀ ਲੋੜ ਨਹੀਂ ਤੂੰ ਜਾ ਦੀ ਸਪਰੇ ਪੀ ਅੰਮਾ ਤੂੰ ਤਾਂ ਸੱਕੀ ਮਾਂ ਹੈ ਇਹ ਤਾਂ ਚਲੋ ਪਰਾਈ ਛੋਰ ਪਰ ਨੀ ਕੇ ਇੱਥੇ ਆਈ ਹੋਈ ਹੈ ਮਸੇਰ ਫੁਫੇਰ ਪਿਤਰੇਰ ਬਲਕਿ ਇਹ ਤਾਂ ਸ਼ਰੀਕਾਂ ਦੀ ਛੋਰ ਹੈ ਤੇ ਤੂੰ ਤਾਂ ਮੇਰੀ ਸੱਕੀ ਮਾਂ ਹੈ ਤੂੰ ਤਾਂ ਮੈਨੂੰ ਰੋਕ ਲੈ
ਚੱਕੀ ਮਾਂ ਬੜੇ ਸੁੱਖ ਦਿੱਤੇ ਇੰਨੀ ਅੰਮਾ ਮੈਨੂੰ ਰੋਕੂ ਕੋਈ ਨਹੀਂ ਹੈ ਮੈਂ ਤਾਂ ਤੈਨੂੰ ਕੋਈ ਨਹੀਂ ਰੋਕੂਆ ਜਿਹੜੇ ਨੇ ਤੇ ਰੋਜ਼ ਤੁਮੈਂ ਧਮਕੀਆਂ ਦੇਣਾ ਹੈ ਨਾ ਮੈਂ ਤਾਂ ਜਾਨ ਛੁਡਾਊਂਗਾ ਜਾਂ ਮਾਰ ਤਾਂ ਮਗਰੂ ਲਾਓ ਚੰਗਾ ਮੋੜ ਅੰਮਾ ਖੁਦਾ ਹਾਫਿਜ਼ ਖੁਦਾ ਹਾਫਿਜ਼ ਮਾਰ ਤਾਂ ਜਾਣਾ ਚਲੋ ਦੋ ਰੋਟੀਆਂ ਦੇ ਛੱਡੋ ਤੇਰੇ ਕੁੱਲਾਂ ਤੇ ਪਹੁੰਚੋ ਸਨ ਮਗਰੂ ਲੈ ਬੜੀ ਕਾਲੀਆਂ ਮੇਰੇ ਕੁੱਲਾਂ ਦੀ ਸਿਰਫ ਗੋਸ਼ਤ ਖਾਵਣ ਦੀ ਪਾਰੂ ਅੰਮਾ ਮੈਂ ਮਾਰ ਜਾਵਾਂ ਤੇ ਮੇਰੇ ਕੁੱਲਾਂ ਤੇ ਗੋਸ਼ਤ ਨਾ ਪਕਾਵਿਆ ਤੇਰੇ ਕੁੱਲਾਂ ਤੇ ਛੋਲੇ ਉਬੇ ਸਾਂ ਅੱਛਾ ਤੇ ਮੋਰ ਮੈਂ ਕੁੱਲਾਂ ਤੇ ਰੋਕ ਨਾ ਜਾਵਾਂ ਨਹੀਂ ਨਹੀਂ ਆਪਣਾ ਘਰ ਅੱਛਾ ਬਾਨੇ ਨਾ ਢੂੜ ਤੂੰ ਵੀ ਆਖਦੀ ਪਈ ਜਾ ਮੈਂ ਵੀ ਆਖਦੀ ਪਈ ਆ ਇੱਕ ਸਪਰੇ ਪੀ ਵੇਖ ਲਾ ਮੈਂ ਜਦੋਂ ਮਰ ਜਾਣਾ ਇਹਨਾਂ ਤਾਂ ਮੈਂ ਇਹ ਆਖਣਾ ਇਹਨੇ ਮੈਨੂੰ ਦਿਗਾਣੇ ਸਪਰੇ ਪਵਾਈ ਅੱਛਾ ਜਾ ਜਾ ਕਿ ਮੁਰਦਿਆਂ ਨੂੰ ਆਖੀ ਹੈਗਾ ਐਵੇਂ ਡਰਾਮੇ ਕਰਦਾ ਤੂੰ ਨਾ ਪਰੇਸ਼ਾਨ ਹੋਵੀਂ ਪਈ ਨਹੀਂ ਮੈਂ ਤਾਂ ਨਹੀਂ ਪਰੇਸ਼ਾਨ ਹੁੰਦੀ ਚੱਲ ਚੱਕੀ ਇਸ ਕੋਈ ਪੀ ਬਣੀ ਵੀ ਆ ਓਏ ਡਿਬਰੀਆ ਓਏ ਡਿਬਰੀਆ ਕੀ ਹੈ ਓਏ ਆਪਾਂ ਯਾਰ ਆ ਬਚਪਨ ਦੇ ਦੋਸਤ ਆ ਯਾਰ ਤਾਂ ਪਹਾਂ ਕਿ ਹੋਇਆ ਕੀ ਹੈ ਮੈਂ ਕਿਤੇ ਤਿਆਰ ਹੋਇਆ ਖੋਤਾ ਤਾਂ ਤੂੰ ਮੇਰੇ ਨਾਲ ਚੱਲ ਸੇ ਬਾਗ ਚੱਲ ਸਾ ਨੇ ਕੋਈ ਨੇਕ ਕੰਮ ਹੋਇਆ ਤਾਂ ਕੰਮ ਤਾਂ ਨੇਕ ਹੀ ਹੈ ਬਸ ਆਪਾਂ ਥੋੜਾ ਜਿਹਾ ਮਰਨਾ ਥੋੜਾ ਜਿਹਾ ਓ ਤੂੰ ਤਾਂ ਬਲਿਆ ਪਰਲਿਆ ਹੋਇਆ ਤੇ ਮੈਂ ਤਾਂ ਵੇਖਿਆ ਵਿਖਾਇਆ ਕੁਛ ਨਹੀਂ ਮੈਂ ਕੁਆਰਾ ਬੰਦਾ ਮੇਰਾ ਮਰਨਾ ਨਹੀਂ ਜਾਇਜ਼ ਤੇਰਾ ਮਰਨਾ ਜਾਇਜ਼ ਤੂੰ ਪਰਨੀ ਜਾਸੇ ਤੇ ਤੇਰਾ ਵੀ ਦਿਲ ਮਰਨ ਨੂੰ ਕਰਸੀ ਤੇ ਮੈਂ ਨਾ ਇਹ ਮੁਕਾਲਾ ਕਰਾਵਣ ਤੋਂ ਪਹਿਲੇ ਹੀ ਤੂੰ ਮਰ ਜਾ ਜ਼ਰੂਰ ਮੁਕਾਲਾ ਕਰਾ ਕੇ ਮਰਨਾ ਉਹ ਕੰਮੀ ਦੀਆਂ ਖੱਚਾ ਵੱਡੀ ਜਾਂਦਾ ਕੋਈ ਪਤਾ ਹੀ ਲੱਗਿਆ ਵੀ ਗੱਲ ਕੀ ਹੈ ਮਰੂ ਕਿਉਂ ਹੈ ਮਰੂ ਇਸ ਗੱਲੂ ਆ ਕਿ ਮੇਰੀ ਮਾਂ ਤੇ ਮੇਰੀ ਸਮਾਣੀ ਰੋਟੀ ਪਕਾਉਂਦੀਆਂ ਪਈਆਂ ਤੇ ਮੈਂ ਜਾ ਕੇ ਆਖਿਆ ਮੈਨੂੰ ਰੋਟੀ ਦਿਓ ਚਾ ਤੇ ਅੱਗੂ ਆਉਂਦੀਆਂ ਆਖ ਰੋਟੀ ਅਸੀਂ ਤੈਨੂੰ ਕੋਈ ਨਹੀਂ ਦੇਣੀ ਜੇ ਖਾਣੀ ਹੈ ਤਾਂ ਜਿਹੜੀ ਤੰਦੂਰ ਵਿੱਚ ਲੱਗੀ ਖੜੋਤੀ ਕੱਚੀ ਇਹ ਖਾ ਲਾ ਆ ਮੀਆਂ ਬਲਿਆ ਘਰ ਛੋਟੀਆਂ ਮੋਟੀਆਂ ਰਾਂਦਾ ਹੁੰਦੀਆਂ ਰਾਂਦੀਆਂ ਜਾ ਘਰ ਦਫਾ ਹੋ ਤੇ ਬਾਏ ਚੱਲਾ ਜ਼ਿੰਦਗੀ ਕਰੀ ਮੌਜਾ ਮਾਣ ਨਹੀਂ ਮੈਂ ਕਸਮ ਖਾ ਕੇ ਆਇਆ ਬੈਠਾ ਕਿ ਮੈਂ ਮਰਨਾ ਲਾਜ਼ਮੀ ਹੈ ਯਾਰ ਮੈਨੂੰ ਮੇਰੀ ਮਾਂ ਵੀ ਨਹੀਂ ਰੋਕਿਆ ਚਲੋ ਸਮਾਣੀ ਤੇ ਸਮਾਣੀ ਆਈ ਮਾਂ ਨੂੰ ਤਾਂ ਚਾਹੀਦਾ ਨਾ ਆਖ ਲੈਂਦੀ ਪੁੱਤਰ ਅੱਜ ਨਾ ਮਾਰ ਜਦੋਂ ਤੇਰੀ ਆ ਜਾਵੇ ਉਦੋਂ ਮਰੀ ਉਸ ਵੀ ਆਖਿਆ ਜਾ ਮਾਰ ਮਾਰ ਬੱਚਾ ਮਾਰ ਮੈਂ ਤੈਨੂੰ ਦੁੱਧ ਬਸ਼ਕੀ ਖਲੋਤੀ ਹੁਣ ਮੈਂ ਕਿਹੜੇ ਮੂੰਹ ਨਾਲ ਘਰੇ ਜਾਵਾਂ ਮੇਰਾ ਘਰੇ ਜਾਵਣਾ ਬਣਦਾ ਹੀ ਨਹੀਂ ਮੇਰਾ ਮਰਨਾ ਬਣਦਾ ਹੈ ਤੇ ਸਿੱਧੀ ਸਿੱਧੀ ਗੱਲ ਦੱਸ ਅਗਰ ਮੇਰੇ ਨਾਲ ਰਲ ਕੇ ਮਰਨਾ ਹੈ ਤੇ ਤਿਆਰ ਹੋ ਜੇ ਨਹੀਂ ਮਰਨਾ ਤਾਂ ਮੈਨੂੰ ਜਵਾਬ ਦੇ ਖੁਦਕਸ਼ੀ ਦੀ ਮੌਤ ਤਾਂ ਆਉਂਦੀ ਹੈ ਹਰਾਮ ਬੈਲੀ ਪਰ ਮਿਲੱਪਾ ਦੇ ਮਗਰ ਤੇ ਤੇਰੀ ਦੋਸਤੀ ਦੇ ਮਗਰ ਮੈਂ ਤੇਰੇ ਨਾਲ ਤਿਆਰ ਹਾਂ ਆਪਾਂ ਜ਼ਿੰਦਗੀ ਵੀ ਰਲ ਕੇ ਗੁਜ਼ਾਰੀ ਹੈ ਰਲ ਕੇ ਖੇਡੇ ਹੈ ਜਵਾਨੀ ਵੀ ਰਲ ਕੇ ਹੰਡਾਈ ਹੈ ਹੁਣ ਮਰਨਾ ਵੀ ਆਪਣਾ ਰਲ ਕੇ ਹੀ ਬਣਦਾ ਹੈ ਹੱਕ ਹੈ ਜੇ ਤੂੰ ਮੇਰਾ ਸਿਰ ਲੈ ਕੇ ਰਾਜੀ ਆ ਨਾ ਤਾਂ ਮੈਂ ਮੀਆਂ ਤਿਆਰ ਹਾਂ ਆ ਕੀਤੀ ਇਹਨਾਂ ਯਾਰਾਂ ਵਾਲੀ ਗੱਲ ਹੈ ਅਸਲ ਯਾਰਾਂ ਵਾਲੀ ਹਲਾਲ ਦੇ ਵਾਲੀ ਗੱਲ ਕਰ ਦਿੱਤੀ ਹੈ ਰਲ ਕੇ ਮਰਸਾਂ ਆਪਾਂ ਰਲ ਕੇ ਉੱਤੇ ਅਸਮਾਨ ਦੇ ਚਸਾਂ ਜਿਵੇਂ ਜ਼ਮੀਨ ਤੇ ਰਹੇ ਆ ਇਕੱਠੇ ਉਵੇਂ ਅਸਮਾਨ ਤੇ ਜਾ ਕੇ ਉਤਲੇ ਨਹੀਂ ਵਖਤ ਪਾ ਦਿੱਤਾ ਗੱਲ ਇੱਕ ਹੋਰ ਵੀ ਹੈ ਕੀ ਹੈ ਜਿਹੜਾ ਆਪਾਂ ਜ਼ਮੀਨ ਤੇ ਫਰਤੂਲ ਸੁੱਖ ਦਾ ਖੱਤੀ ਵਰਤੇ ਆ ਹਾਂ ਜ਼ਮੀਨ ਵਾਲਿਆਂ ਨੂੰ ਸੁਖੀ ਰੱਖਿਆ ਹੈ ਹਾਂ ਉਸਮਾਨ ਵਾਲਿਆਂ ਨੂੰ ਆਪਾਂ ਉਹ ਸੁਖੀ ਰੱਖਿਆ ਆਪਾਂ ਅਸਮਾਨ ਵਾਲਿਆਂ ਨੂੰ ਇਵੇਂ ਤੰਗ ਕਰਾਂਗੇ ਉਹ ਅੱਗੂ ਅੱਗੂ ਹਸਣ ਆਪਾਂ ਮਗਰ ਮਗਰ ਹਸਣ ਆਪਾਂ ਅੱਗੂ ਅੱਗੂ ਹਸਣ ਆਪਣੇ ਮਗਰ ਮਗਰ ਹਸਣ ਅੱਛਾ ਅੱਛਾ ਯਾਰ ਗੱਲ ਇਹ ਹੈ ਮਰਨਾ ਤਾਂ ਆਪਾਂ ਹੈ ਹੀ ਮੈਂ ਚਾਹੁੰਦਾ ਕਿ ਬਈ ਚੰਗੀ ਜਿਹੀ ਕੋਈ ਅੱਛੇ ਜਿਹੇ ਜ਼ਾਇਕੇ ਵਾਲੀ ਸਪਰੇ ਲੱਭ ਜਾਵੇ ਨਾ ਉਹ ਆਪਾਂ ਪੀ ਚੌਧਰੀ ਕੂਕੇ ਉੱਥੇ ਸਪਰੇ ਬਣਾਈ ਜਾਂਦਾ ਮਕਈ ਨੂੰ ਕਰਾਣ ਕਾਣ ਜੀ ਉਹ ਜੇ ਜ਼ਾਇਕੇ ਵਾਲੀ ਹੋਈ ਮਰੂ ਵਾ ਚੱਲ ਕੇ ਪੀ ਲੈਨੇ ਆ ਤੇ ਆਪੇ ਵੇਖੀ ਜਾਸੀ ਚਲੋ ਠੀਕ ਹੈ ਚੌਧਰੀ ਕੁੱਕੀ ਕੋਲ ਵਗ ਜਾਂਦੇ ਆ ਨਹੀਂ ਤਾਂ 50 ਰੁਪਈਆਂ ਦੀ ਖੰਡ ਨਾ ਲਈ ਚਲੀਏ ਵਿੱਚ ਪਾ ਕੇ ਤੇ ਪੀ ਲਈ ਸਾਂ ਉਹਨੇ ਤਾਂ ਯਾਰ ਗੋਰ ਵੀ ਨਾਲ ਆਉਂਦਾ ਨਾ ਹਾਂ ਚੱਲ ਆ ਜਾ ਤੇ ਬਾਹਰ ਆਪਾਂ ਚਲੀ ਚਲੋ ਵਾਲੇਕਮ ਸਲਾਮ ਓ ਚੌਧਰੀ ਕੁੱਕੀ ਕੀ ਹਾਲ ਹੈ ਚੰਗੇ ਹਾਲ ਹੈ ਤੁਸੀਂ ਸੁਣਾਓ ਹੋਰ ਸੁਣਾ ਕੀ ਹੈ ਸਪਰੇ ਕਰੂੰ ਮੈਂ ਹਾਂ ਮਕਈ ਨੂੰ ਸਪਰੇ ਕਰੂੰ ਯਾਰ ਆ ਥੋੜੀ ਜੀ ਸਪਰੇ ਮੈਨੂੰ ਵੀ ਚਾਹੀਦੀ ਹੈ ਮੈਨੂੰ ਵੀ ਦੇਣੀ ਕਿਉਂ ਆ ਮੈਂ ਨਾ ਨਰਮਾ ਗੱਡਿਆ ਨਰਮੇ ਨੂੰ ਸਪਰੇ ਕਰਨੀ ਨਰਮਾ ਗੱਡਿਆ ਹਾਂ ਓ ਚਬਲ ਜਹਾਨ ਦੀਆ ਓ ਤੁਹਾਡਾ ਤਾਂ ਨਰਮਾ ਹੀ ਕੋਨੀ ਸਪਰੇ ਕੀ ਮਾਂ ਨਾ ਕਰੂੰ
ਮੇਰੇ ਮੂੰਹ ਚੋਂ ਨਿਕਲ ਗਿਆ ਨਰਮਾ, ਜਵਾਰ ਨੂੰ ਕਰੂੰਗਾ ਜਵਾਰ। ਉਹ ਬੈਠੇ ਤੁਸੀਂ ਕਿਰਾਏ ਤੇ ਨੇ, ਜ਼ਮੀਨ ਦਾ ਤੁਹਾਡੇ ਕੋਲ ਟੱਪਾ ਕੋ ਨਹੀਂ, ਤੇ ਸਪਰੇ ਕਿਹੜੀ ਜਵਾਰ ਨੂੰ ਕਰੂੰ? ਉਹ ਰਮਜੀ ਆਪ ਦੀਆਂ ਖੱਚਾ ਮਾਰੀ ਜਾਣਾ ਹੈ, ਜਿਹੜੀ ਇਤਲਾ ਆਪਾਂ ਨੂੰ ਦੇਵਣ ਆਇਆ ਸੀ ਉਹਨੂੰ ਦੱਸਿਆ ਹੀ ਨਹੀਂ ਤੂੰ। ਓਏ ਉਹ ਤਾਂ ਗੱਲ ਹੀ ਛੋਟੀ ਜੀ, ਉਹ ਤਾਂ ਭਾਵੇਂ ਕਰੀਏ ਤੇ ਭਾਵੇਂ ਨਾ ਚੌਧਰੀ ਨੂੰ ਕਰੀਏ। ਉਹ ਕਿਹੜੀ ਗੱਲ ਹੈ, ਉਹ ਖੁੱਲ ਕੇ ਗੱਲ ਕਰੋ, ਕਿਉਂ ਮੈਨੂੰ ਪਰੇਸ਼ਾਨ ਕਰ ਛੱਡਣ? ਉਹ ਗੱਲ ਐਡੀ ਚੌਧਰੀ ਕੋਈ ਨਹੀਂ ਹੈ। ਉਹ ਤੁਸੀਂ ਆਉਂਦੇ ਪਏ ਸੀ, ਤੁਹਾਡੇ ਘਰ ਦੇ ਕੋਲ ਲੱਗੇ ਆ, ਤੇ ਮੈਂ ਆਖਿਆ ਕੀ ਆ ਚੀਕ ਚਕਾੜਾ ਜਿਹਾ ਪਿਆ ਖੜੋਤਾ, ਤੁਹਾਡੇ ਘਰੇ ਰੋਲਾ ਜਿਹਾ ਪਿਆ ਖੜੋਤਾ, ਅਸੀਂ ਉਹ ਤਾਂ ਤੁਹਾਡੇ ਘਰੇ ਲੱਗੇ ਗਏ। ਸਵਾਣੀ ਤੇਰੀ ਜਿਹੜੀ ਹੈ ਕੱਪੜੇ ਧੋਂਦੀ ਪਾਈ ਆਈ ਮਸ਼ੀਨ ਤੇ, ਮਸ਼ੀਨ ਸ਼ਾਰਟ ਹੋ ਗਈ ਹੈ, ਤੇਰੀ ਸਵਾਣੀ ਐਂ ਵਿੱਚ ਹੱਥ ਪਾਈ ਖੜੋਤੀ ਹੈ, ਤੁਹਾਨੂੰ ਕਰੰਟ ਲੱਗ ਗਿਆ, ਉਹ ਬੇਹੋਸ਼ ਹੋ ਕੇ ਡਿੱਗ ਪਈ ਹੈ, ਤੇ ਅਸੀਂ ਚੈੱਕ ਕੀਤਾ ਉਹ ਬੇਹੋਸ਼ ਹੈ, ਮੈਂ ਕੋਈ ਨਹੀਂ ਮਕਰ ਕੁੱਟੀ ਬੈਠੀ। ਓਏ ਤੁਹਾਡੇ ਵਾਸਤੇ ਛੋਟੀ ਜਿਹੀ ਗੱਲ ਹੈ, ਮੇਰਾ ਪੂਰਾ ਘਰ ਉੱਜੜ ਜਾ ਸੀ। ਬੇਗਮ ਪਾਕ ਮੈਂ ਆਇਆ। ਚੱਲ ਡਿਵਰੀ ਸਪਰੇ ਹੋਰਾ ਕਰ, ਰਾਜ ਕੇ ਪਿਛਾ ਚੌਧਰੀ ਤੱਕ ਗਿਆ। ਆ ਚੰਗਾ ਕੀਤਾ ਜਿਹੜਾ ਮੈਨੂੰ ਟਾਈਮ ਨਾਲ ਅੱਖ ਮਾਰ ਛੱਡੀ, ਮੈਨੂੰ ਸਮਝ ਆ ਗਈ ਮੇਰੇ ਕੋਲ ਚਮਣੀ ਨਹੀਂ, ਮੈਨੂੰ ਬਾਲਟੀ ਚਵਾ ਚਾਵੀ ਨਾ। ਦਿਲ ਖੁਸ਼ ਕਰ ਛੱਡਿਆ, ਵਾਹ ਵੈਰੀ ਗੁੱਡ, ਸ਼ਾਬਾਸ਼ ਸ਼ਾਬਾਸ਼, ਦਿਲ ਖੁਸ਼ ਕਰ ਛੱਡਿਆ, ਹੱਕਦਾ ਕਰ ਦਿੱਤਾ ਯਾਰੀ ਦਾ। ਆ ਜਾ ਇੱਥੇ ਰਲ ਕੇ ਬਣਨੇ, ਇੱਥੇ ਰਲ ਕੇ ਬੈਠੇ ਸਾਂ, ਇਕੱਠੀ ਜਾਨ ਨਿਕਲ ਜਾਸੀ, ਰਿਸ਼ਤੇ ਨੂੰ ਤੰਗੀ ਨਾ ਹੋਵੇ, ਇਦੂ ਤੇ ਇਦੇ ਬਾਜ ਕੇ ਜਾਵਣ ਦੀ। ਚਲੋ ਆਈ ਮੂੰਹ ਕਰ ਕੇ ਬਾਨੇ ਆ, ਇੱਕੇ ਹੱਥ ਨਾਲ ਦੋਵਾਂ ਦੀ ਜਾਨ ਲੈ ਜਾਸੀ। ਇਦੂ ਆਇਆ ਤਾਂ ਤਾਂ ਵੀ ਸੌਖਾ ਸੀ, ਇਦੂ ਆਇਆ ਤਾਂ ਵੀ ਸੌਖਾ ਸੀ, ਹੁਣ ਮੇਰੀ ਸਵਾਣੀ ਦੇ ਡੇਢੇ ਠੱਡ ਪੈ ਜਾਸੀ। ਸਵਾਣੀ ਕਹੀ ਮਾਂ ਦਾ ਵੀ ਦਿਲ ਲੈ ਠੱਡ ਪੈ ਜਾ, ਮਾਂ ਦਾ ਵੀ ਦਿਲ ਵੀ ਠੱਡ ਪੈ ਜਾ ਸੀ, ਉਹਨੂੰ ਵੀ ਸਕੂਨ ਆ ਜਾ ਸੀ, ਪੁੱਤਰ ਮਰ ਗਿਆ ਰੋਲਾ ਮੁੱਕ ਗਿਆ। ਅੱਛਾ ਬਈ ਇੱਕ ਗੱਲ ਹੈ, ਡੇਢ ਘੰਟਾ ਹੋ ਗਿਆ ਆਪਾਂ ਸਪਰੇਅ ਪੀਤੀ ਹੈ, ਪੂਰਾ ਡੇਢ ਘੰਟਾ ਹੈ, ਪੂਰਾ ਡੇਢ ਘੰਟਾ, ਨਾ ਕੋਈ ਦਿਲ ਨੂੰ ਘਬਰਾ ਹੈ, ਨਾ ਕੋਈ ਆਂਦਰਾਂ ਵਡੀਂਦੀਆਂ ਪਈਆਂ, ਕੁਝ ਵੀ ਕੋਈ ਨਹੀਂ। ਮੈਨੂੰ ਤਾਂ ਇੱਕ ਹੋਰ ਮਲੂਮ ਹੁੰਦਾ ਹੈ। ਕੀ ਮਲੂਮ ਹੁੰਦਾ? ਬਈ ਆਪਾਂ ਬੜੇ ਪੁਰ ਸਕੂਨ ਮਰਸਾ ਹੈ। ਅੱਛਾ ਬਸ ਸਹੀ ਹੈ, ਤੂੰ ਚੰਗਾ ਹੀ ਹੈ, ਸਕੂਨ ਨਾਲ ਮਰ ਜਾਈਏ ਤੇ ਪੁਰ ਸਕੂਨ। ਓਏ ਲਾ ਚੌਧਰੀ ਕੁੱਕੀ ਹੋਰਾਂ ਮੂੰਹ ਚਾਹੀ ਆਉਂਦਾ ਹੀ, ਤੇ ਬਣਾ ਆਉਂਦਾ ਹੀ, ਹੁਣ ਆਪਣੇ ਨਾਲ ਲੜ ਸੀ। ਉਹ ਕਿਉਂ ਆਏ ਜ਼ਲੀਲ ਜ਼ਲੀਲ ਦੇ ਬੱਚਿਓ, ਤੁਸੀਂ ਝੂਠ ਮਾਰਿਆ, ਮੇਰੀ ਸਵਾਣੀ ਤੇ ਚੰਗੀ ਬਲੀ ਬੈਠੀ ਹੈ। ਅੱਛਾ ਅੱਛਾ ਚੰਗੀ ਬਲੀ ਹੋ ਸੀ, ਮੁੜ ਹੋ ਗਈ ਹੋਣੀ ਚੰਗੀ ਬਲੀ। ਕੀ ਮਤਲਬ? ਉਹ ਮੇਰਾ ਸਪਰੇਅ ਕਿਹੜਾ ਗਿਆ? ਕਿਹੜਾ? ਆ ਜਿਹੜਾ ਮੈਂ ਬਣਾ ਕੇ ਪਰ ਰੱਖਾ ਹੈ, ਉਹ ਸਪਰੇਅ ਅਸੀਂ ਪੀ ਗਏ ਆ। ਤੁਸੀਂ ਵੇਚੋ ਸੀ, ਝੂਠ ਮਾਰਦੇ ਨੇ ਜਿਵੇਂ ਅੱਗੇ ਝੂਠ ਮਾਰਾ ਨੇ। ਉਹ ਨਹੀਂ ਨਹੀਂ ਉਹ ਭਾਈ ਚੌਧਰੀ ਸਾਹਿਬ, ਉਹ ਚੌਧਰੀ ਕੁੱਕੀ, ਸਾਡੇ ਕੋਲ ਨਿਆਂ ਲੈ ਲਾ, ਅਸੀਂ ਸਪਰੇਅ ਪੀ ਗਏ ਆ। ਮੈਨੂੰ ਪੈਸੇ ਚਾਹੀਦੇ, ਤੁਹਾਡੀ ਮਾਂ ਕੋਲ ਤਾਂ ਲੈ ਚਲਸਾਂ, ਜਾਂ ਮੈਨੂੰ ਪੈਸੇ ਦਿਓ, ਤੁਸੀਂ ਵੇਚਿਆ। ਅਸੀਂ ਖੁਦਕੁਸ਼ੀ ਕਰਨ ਵਾਸਤੇ ਆਏ ਹਾਂ ਇੱਥੇ ਤੇਰੇ ਕੋਲ, ਤਾਂ ਵਾਸਤੇ ਅਸੀਂ ਤੈਨੂੰ ਦਾਹ ਨਾਲ ਘਰੇ ਗਾਲ ਦਿੱਤਾ, ਮਗਰੋਂ ਤੇਰਾ ਸਪਰੇਅ ਅਸੀਂ ਪੀ ਗਏ ਹਾਂ, ਵੇਚਿਆ ਮੁੱਚਿਆ ਕੋਈ। ਚਲੋ ਆਪਣੀ ਮਾਂ ਕੋਲ ਚਲੋ, ਚਲੋ ਅੱਗੇ ਲੱਗੋ ਮੇਰੇ, ਸਭ ਬੜੇ ਜ਼ਲੀਲ ਦੇ ਬੱਚੇ ਨੇ। ਓ ਮਾਈ ਸਾਬਰਾਂ, ਓ ਮਾਈ ਸਾਬਰਾਂ, ਓ ਮਾਈ ਸਾਬਰਾਂ, ਆ ਸੁਗਰੀ ਟੁਗਰੀ ਆ, ਓ ਮੈਨੂੰ ਲੱਗਦਾ ਕੋਈ ਨਹੀਂ ਇਹਨੇ ਘਰੇ ਮੈਨੂੰ ਲੱਭਣ ਟੁਰ ਗਈਆਂ ਹੋਣੀਆਂ ਨੇ ਕਿਸੇ ਪਾਸੇ ਚੌਧਰੀ ਸਾਹਿਬ। ਜਦੋਂ ਤੱਕ ਤੇਰੀ ਮਾਂ ਨਹੀਂ ਹੁੰਦੀ ਨਾ, ਉਦੋਂ ਤੱਕ ਮੈਂ ਇੱਥੇ ਬੈਠਾ ਬੈਠਾ ਰਹੋ, ਸਾਡੇ ਕਿਹੜਾ ਸਿਰ ਤੇ ਬੈਠਾ, ਮੰਜੀ ਤੇ ਹੀ ਬੈਠਾ। ਸਹੀ ਗੱਲ ਕਰ ਲਓ ਤੇ ਤੁਹਾਡੇ ਵਾਸਤੇ ਬਿਹਤਰੀ ਹੈ। ਅੱਛਾ ਦੱਸੋ ਸਪਰੇਅ ਕਿਹਨੂੰ ਵੇਚਿਆ ਨੇ? ਓ ਯਾਰ ਸਪਰੇਅ ਵੇਚਿਆ ਨਹੀਂ ਹੈ, ਸਪਰੇਅ ਪੀ ਗਏ ਆ ਸਾਰਾ। ਤਾਂ ਚਾਰ ਲਿੱਟਰ ਪੈਣੇ ਤੁਸੀਂ ਆਪੇ ਮੰਨੋਗੇ, ਤੂੰ ਭਾਵੇਂ 10 ਲਿੱਟਰ ਮਾਰ ਲਾ, ਅਸੀਂ ਮੁੜ ਵੀ ਤੈਨੂੰ ਇਹੋ ਆਖਣਾ ਹੈ ਸਪਰੇਅ ਪੀ ਗਏ ਆ, ਸਾਡੇ ਕੋਲ ਕਸਮ ਚਵਾ ਲਾ, ਅਸੀਂ ਕਸਮ ਚਾ ਕੇ ਵੀ ਇਹੋ ਆਖਣਾ ਅਸੀਂ ਪੀ ਗਏ।
ਓਏ ਤਸ ਆਪਣੇ ਆਪ ਨੂੰ ਸਿਆਣਾ ਬਣਦਾ ਹੈ ਚਵੜ ਤੂੰ ਦੱਸ ਸਹੀ ਸੀ ਗੱਲ ਕਰ ਓ ਚੌਧਰੀ ਬਾਲਟੀ ਸਪਰੇ ਗੁੜਿਆ ਹੋਇਆ ਇੱਕਾ ਬਾਲਟੀ ਆਈ ਅੱਧੀ ਉਸ ਪੀ ਲਈ ਤੇ ਅੱਧੀ ਮੈਂ ਪੀ ਲਈ ਆ ਬੁਸ਼ੋਕ ਲਾ ਕੇ ਵੇਖ ਲਾ ਓਏ ਹੋਏ ਚਬਰ ਜਹਾਨ ਦੀ ਆ ਸਪਰੇ ਦੀ ਖੁਸ਼ਬੂ ਤੈਨੂੰ ਆਉਂਦੀ ਪਈ ਕੋਈ ਨਹੀਂ ਆਉਂਦੀ ਉਹ ਤੇ ਮੇਰੇ ਚ ਹੀ ਆਉਂਦੀ ਪਈ ਏ ਮੋਤੋਂ ਵੀ ਪੀਤਾ ਉਸ ਤੇ ਮੈਂ ਪਾਗਲ ਆ ਸਪਰੇ ਪੀਤਾ ਸੀ ਅਗਰ ਪੀਤਾ ਹੁੰਦਾ ਤੁਸੀਂ 2 ਘੰਟੇ ਹੋ ਗਏ ਇਸ ਗੱਲ ਨੂੰ ਹੁਣ ਨੂੰ ਤੁਸੀਂ ਲਮਕੇ ਪਏ ਹੋ ਆ ਅਸੀਂ ਤਾਂ ਮੜ ਕੋਈ ਨਹੀਂ ਲਮਕੇ ਆਇਓ ਪੀਤੀ ਵੀ ਬੈਠੇ ਆ ਹੁਣ ਤੁਸੀਂ ਪੀਤੀ ਵੀ ਕੋਈ ਨਹੀਂ ਝੂਠ ਮਾਰਦੇ ਪਏ ਨਾ ਝੂਠ ਮਾਰਦੇ ਪਏ ਆ ਪੀਤੀ ਬੈਠੇ ਆ ਪੀ ਕੇ ਸਾਡੀਆਂ ਡਿੱਡੀਆਂ ਵੇਖ ਫੁੱਲ ਹੋਈਆਂ ਪਈਆਂ ਮੈਂ 4000 ਦੀ ਮਹਿੰਗੀ ਦਵਾਈ ਲੈ ਕੇ ਆਇਆ ਅੱਛਾ ਹਾਂ ਬਸ ਮੋੜ ਤੇਰਾ 4000 ਅਸੀਂ ਪੀ ਜਾਵਾਂ ਸਾਰਾ ਪਿੰਡ ਲੱਭ ਲਿਆ ਉਹ ਨਹੀਂ ਲੱਭੇ ਆ ਵੇਖ ਬੈਠੇ ਨੇ ਆਪਣੇ ਘਰੇ ਕੁੱਕੀ ਦੇ ਨਾਲ ਅੱਲਾ ਮਾਮ ਦੀ ਪਈ ਆ ਗਈ ਮੈਂ ਸਾਬਰਾ ਵੀ ਹੁਣੇ ਹੋ ਜਾਂਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਭਾਵੇਂ ਦੁੱਧ ਕਰ ਤੇ ਭਾਵੇਂ ਪਾਣੀ ਕਰ ਜਿਹੜੀ ਗੱਲ ਹੈ ਉਹ ਹੈ ਆਵੇ ਤੂੰ ਤਾਂ ਮਰਨ ਕੇ ਆਈ ਹੈ ਤਾਂ ਮਰਿਆ ਕਿਉਂ ਨਾ ਆਈ ਲੈ ਹੁਣ ਸੁਣ ਲਾ ਆਈਏ ਜੀ ਸ਼ਕਲਾਂ ਨਹੀਂ ਮਰਦੀਆਂ ਆ ਮਾਈ ਆ ਚੌਧਰੀ ਦਾ ਸਪਰੇ ਜਿਹੜਾ ਪਿਆ ਬਾਲਟੀ ਚੋਂ ਸਾਰਾ ਪੀ ਲਿਆ ਮੈਂ ਮਰਿਆ ਕਿਉਂ ਨਹੀਂ ਹੈ ਇਹ ਨਹੀਂ ਪਤਾ ਇਹ ਮਰਨ ਗਿਆ ਹੈ ਕੀ ਗੱਲ ਤੂੰ ਮਰਨ ਗਿਆ ਤੇ ਬਰਾਵਾ ਰੋਟੀ ਤੇ ਲੜਿਆ ਹੈ ਤੇ ਧਮਕੀ ਦਿੱਤੀ ਸੂ ਵੀ ਮੈਂ ਜਾ ਸਪਰੇ ਪੀ ਲੈਸਾਂ ਤੇ ਮੈਂ ਆਖਿਆ ਜਾ ਲਗਾ ਜਾ ਜਾ ਪੀ ਸਪਰੇ ਹੁਣ ਸਪਰੇ ਪੀਤੀ ਕਿਉਂ ਨਹੀਂ ਸੂ ਮੁੜ ਹਟ ਕੇ ਬੂੜਿਆ ਤੇ ਮੋੜ ਘਰ ਆਇਆ ਬੈਠਾ ਇਹ ਤਾਂ ਪੂਰੀ ਬਾਲਟੀ ਭਰੀ ਹੋਈ ਮੇਰੀ 4000 ਦੀ ਪੀ ਕੇ ਆ ਗਏ ਹਾਂ ਹਾਲੇ ਤੱਕ ਮਰੇ ਕਿਉਂ ਨਹੀਂ ਨੇ ਇਸ ਗੱਲ ਦੀ ਮੈਨੂੰ ਵੀ ਸਮਝ ਨਹੀਂ ਆਉਂਦੀ ਪਰ ਹੁਣ ਸਮਝ ਆਈ ਖੜੋਤੀ ਕੀ ਅੰਮਾ ਆ ਸੁਗਰੀ ਆ ਇਸ ਮੁਲਕ ਚ ਕੋਈ ਸ਼ਾਇ ਇੱਕ ਨੰਬਰ ਨਹੀਂ ਲੱਭਦੀ ਹਜ਼ਾਰ ਰੁਪਏ ਬਣ ਜਾਈਏ ਤਾਂ ਹਜ਼ਾਰ ਵੀ ਇੱਕ ਨੰਬਰ ਨਹੀਂ ਲੱਭਦੀ ਹੈ ਹਾਂ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।